ਅੱਜ ਅਸੀਂ ਰੋਸ ਵਜੋਂ ਜਿਹੜਾ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਜ਼ਬਰਦਸਤੀ ਗ੍ਰਿਫਤਾਰ ਕਰਕੇ ਜੇਲ੍ਹ 'ਚ ਬੰਦ ਕੀਤਾ ਗਿਆ, ਅੱਜ ਉਸ ਰੋਸ ਵਜੋਂ ਅੱਜ ਅਸੀਂ ਭੁੱਖ ਹੜਤਾਲ ਜਿਹੜੀ ਆ ਰੱਖੀ ਆ। ਜਿਹੜਾ ਬੰਦਾ ਡਿਵੈਲਪਮੈਂਟ ਦੀ ਗੱਲ ਕਰਦਾ, ਜਿਹੜਾ ਬੰਦਾ ਚੰਗੀ ਸਿੱਖਿਆ ਦੀ, ਚੰਗੀ ਸਿਹਤ ਦੀ ਗੱਲ ਕਰਦਾ, ਅਗਰ ਉਹਦੇ ਨਾਲ ਧੱਕਾ ਹੋਊਗਾ ਤਾਂ ਕਿਤੇ ਨਾ ਕਿਤੇ ਧੱਕਾ ਅਰਵਿੰਦ ਕੇਜਰੀਵਾਲ ਨਾਲ ਨਹੀਂ, ਉਹ ਧੱਕਾ ਆਮ ਲੋਕਾਂ ਨਾਲ ਹੈ। ਜਿਹੜਾ ਰਾਜਨੀਤਿਕ ਤੌਰ 'ਤੇ ਇਸ ਤਰ੍ਹਾਂ ਦਾ ਜਿਹੜਾ ਸ਼ਡਿਅੰਤਰ ਹੈ ਜੀ, ਇਹ ਬਹੁਤ ਖਤਰਨਾਕ ਹੈ, ਦੇਸ਼ ਲਈ ਵੀ ਖਤਰਨਾਕ ਹੈ, ਦੇਸ਼ ਦੇ ਲੋਕਾਂ ਲਈ ਵੀ ਖਤਰਨਾਕ ਹੈ। ਅੱਜ ਅਸੀਂ ਰੋਸ ਵਜੋਂ ਜਿਹੜਾ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਜ਼ਬਰਦਸਤੀ ਗ੍ਰਿਫਤਾਰ ਕਰਕੇ ਜੇਲ੍ਹ 'ਚ ਬੰਦ ਕੀਤਾ ਗਿਆ, ਅੱਜ ਉਸ ਰੋਸ ਵਜੋਂ ਅੱਜ ਅਸੀਂ ਭੁੱਖ ਹੜਤਾਲ ਜਿਹੜੀ ਰੱਖੀ ਆ ਪੂਰੇ ਦੇਸ਼ ਦੇ ਵਿੱਚ ਹੈ ਜੀ। ਅੱਜ ਨਾਭਾ ਵਿਧਾਨ ਸਭਾ ਦੇ ਵਿੱਚ ਵੀ ਇੱਥੇ ਅਸੀਂ ਸਵੇਰੇ 7 ਵਜੇ ਸ਼ੁਰੂ ਕੀਤੀ ਹੈ ਭੁੱਖ ਹੜਤਾਲ, ਔਰ ਸ਼ਾਮ ਦਿਨ ਸ਼ਿਫਟ ਤੱਕ ਜਾਰੀ ਰਹੂਗੀ। ਅਤੇ ਸਾਨੂੰ ਅਫਸੋਸ ਹੈ ਇਸ ਗੱਲ ਦਾ ਕਿ ਜਿਹੜਾ ਬੰਦਾ ਬਤੌਰ ਮੁੱਖ ਮੰਤਰੀ ਦਿੱਲੀ ਦੇ ਵਿੱਚ ਇੰਨਾ ਅੱਛਾ ਕੰਮ ਕਰ ਰਿਹਾ ਹੋਵੇ, ਐਜੂਕੇਸ਼ਨ ਦੇ ਵਿੱਚ, ਹੈਲਥ ਦੇ ਵਿੱਚ, ਡਿਵੈਲਪਮੈਂਟ ਦੇ ਵਿੱਚ, ਨੌਕਰੀਆਂ ਦੇ ਵਿੱਚ, ਜਿਹੜਾ ਘਰ ਘਰ ਰਾਸ਼ਨ ਪਹੁੰਚਾਉਂਦਾ ਹੋਵੇ, ਅਤੇ ਉਹਨਾਂ ਨੂੰ ਜ਼ਬਰਦਸਤੀ ਫੜ ਕੇ ਜੇਲ੍ਹ 'ਚ ਬੰਦ ਕਰਨਾ ਬਹੁਤ ਨਜਾਇਜ਼ ਹੈ, ਔਰ ਸਾਡੀ ਮੰਗ ਹੈ ਕਿ ਉਹਨਾਂ ਨੂੰ ਜਲਦੀ ਜਲਦੀ ਜਿਹੜਾ ਉਹ ਰਿਹਾ ਕੀਤਾ ਜਾਵੇ। ਅਤੇ ਅੱਜ ਅਸੀਂ ਸਾਰੇ ਜਿੰਨੇ ਵੀ ਸਾਡੇ ਇੱਥੇ ਵਲੰਟੀਅਰ ਸਾਹਿਬਾਨ ਆ, ਅੱਜ ਤਾਂ ਸਵੇਰ ਦਾ ਟਾਈਮ ਹੈ ਜੀ, ਹੌਲੀ ਹੌਲੀ ਆ ਰਹੇ ਹੈ ਕਿਉਂਕਿ ਐਤਵਾਰ ਦਾ ਦਿਨ ਹੈ। ਅਤੇ ਇਸ ਤੋਂ ਬਾਅਦ ਪਟਿਆਲੇ ਵੀ ਜ਼ਿਲ੍ਹਾ ਪੱਧਰ 'ਤੇ ਸਾਡਾ ਇੱਕ ਪ੍ਰੋਗਰਾਮ ਹੈ, ਉਸ ਤੋਂ ਬਾਅਦ ਖਟਖੜ ਕਲਾਂ ਜੀ ਸਾਰੇ MLA ਸਾਹਿਬਾਨ ਇਕੱਠੇ ਹੋ ਰਹੇ, ਉੱਥੇ ਵੀ ਪਹੁੰਚ ਕੇ ਹਾਜ਼ਰੀ ਲਾਵਾਂਗੇ। ਅਤੇ ਭੁੱਖ ਹੜਤਾਲ ਦੇ ਜ਼ਰੀਏ ਮੈਸੇਜ ਦੇਣਾ ਚਾਹੁੰਦੇ ਹਾਂ ਪੂਰੇ ਦੇਸ਼ ਦੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ, ਕਿ ਜਿਹੜਾ ਬੰਦਾ ਡਿਵੈਲਪਮੈਂਟ ਦੀ ਗੱਲ ਕਰਦਾ, ਜਿਹੜਾ ਬੰਦਾ ਚੰਗੀ ਸਿੱਖਿਆ ਦੀ, ਚੰਗੀ ਸਿਹਤ ਦੀ ਗੱਲ ਕਰਦਾ, ਅਗਰ ਉਹਦੇ ਨਾਲ ਧੱਕਾ ਹੋਊਗਾ ਤਾਂ ਕਿਤੇ ਨਾ ਕਿਤੇ ਧੱਕਾ ਅਰਵਿੰਦ ਕੇਜਰੀਵਾਲ ਨਾਲ ਨਹੀਂ, ਉਹ ਧੱਕਾ ਆਮ ਲੋਕਾਂ ਨਾਲ ਹੈ ਜੀ। ਸੋ ਆਮ ਲੋਕਾਂ ਨੂੰ ਮੈਂ ਆਮ ਬਲੰਟੀ ਨੂੰ ਬੇਨਤੀ ਕਰਦਾ ਕਿ ਆਓ, ਰਲ ਕੇ ਸਾਥ ਦਿਓ, ਔਰ ਇਹ ਆਵਾਜ਼ ਜਿਹੜੀ ਉੱਪਰ ਤੱਕ ਜਾਵੇ। ਬਿਲਕੁਲ ਜੀ, ਸਭ ਤੋਂ ਪਹਿਲਾਂ ਸਤਿੰਦਰ ਜੈਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਉਸ ਤੋਂ ਬਾਅਦ ਮਨੀਸ਼ ਸਿਸੋਦੀਆ ਜੀ ਨੂੰ ਗ੍ਰਿਫਤਾਰ ਕੀਤਾ ਗਿਆ, ਫਿਰ ਸੰਜੇ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਗਿਆ, ਅਤੇ ਹੁਣ ਅਰਵਿੰਦ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕੀਤਾ ਗਿਆ। ਅਤੇ ਸੰਜੇ ਸਿੰਘ ਜੀ, ਚਲੋ ਉਹਨਾਂ ਦੀ ਬੇਲ ਹੋ ਗਈ ਹੈ ਜੀ, ਅਤੇ ਟ੍ਰਾਇਲ ਚੱਲੂਗਾ ਹੁਣ, ਕੋਰਟ ਦਾ ਕੀ ਫੈਸਲਾ ਆਉਣਾ ਬਾਅਦ ਦੀ ਗੱਲ ਹੈ। ਅਤੇ ਹੋਰ ਵੀ ਖਦਸ਼ਾ ਹੈ ਕਿ ਹੋਰਨਾਂ ਨੂੰ ਵੀ ਗ੍ਰਿਫਤਾਰ ਕਰ ਸਕਦੇ ਆ ਦਿੱਲੀ ਦੇ ਵਿੱਚ। ਸੋ ਇਹ ਜਿਹੜਾ ਰਾਜਨੀਤਿਕ ਤੌਰ 'ਤੇ ਇਸ ਤਰ੍ਹਾਂ ਦਾ ਜਿਹੜਾ ਸ਼ਡਿਅੰਤਰ ਹੈ ਜੀ, ਇਹ ਬਹੁਤ ਖਤਰਨਾਕ ਹੈ, ਦੇਸ਼ ਲਈ ਵੀ ਖਤਰਨਾਕ ਹੈ, ਦੇਸ਼ ਦੇ ਲੋਕਾਂ ਲਈ ਵੀ ਖਤਰਨਾਕ ਹੈ, ਕਿਉਂਕਿ ਇਲੈਕਸ਼ਨ ਜਿਹੜੀ ਆ ਇਹ ਬਿਲਕੁਲ ਫਰੀ ਮਾਈਂਡ ਹੋ ਕੇ ਹੋਣੀ ਚਾਹੀਦੀ ਹੈ ਕਿ ਲੋਕ ਫੈਸਲਾ ਕਰ ਸਕਣ ਕਿ ਜੀ ਸਾਨੂੰ ਕਿਹੜਾ ਚੰਗਾ ਲੱਗਦਾ, ਕਿਹੜਾ ਮਾੜਾ ਲੱਗਦਾ, ਕਿਹੜਾ ਡਿਵੈਲਪਮੈਂਟ ਕਰਦਾ, ਕਿਉਂਕਿ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਆ, ਲੋਕਾਂ ਨੇ ਫੈਸਲਾ ਕਰਨਾ ਕਿ ਸਾਨੂੰ ਕਿਹੜਾ ਲੀਡਰ ਚਾਹੀਦਾ। ਅਤੇ ਅਸੀਂ ਪਿੱਛੇ ਜੇ ਰਾਮਲੀਲਾ ਗਰਾਊਂਡ ਦਿੱਲੀ ਦੇ ਵਿੱਚ ਵੀ ਮਹਾਰੈਲੀ ਹੋਈ ਸੀ, ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ, ਬਹੁਤ ਵੱਡਾ 4-5 ਲੱਖ ਦਾ ਇਕੱਠ ਵੀ ਹੋਇਆ ਸੀਗਾ, ਅਤੇ ਉੱਥੇ ਵੀ ਇਹੀ ਗੱਲ ਰੱਖੀ ਸੀ। ਅੱਜ ਵੀ ਇਹ ਭੁੱਖ ਹੜਤਾਲ ਦੇ ਜ਼ਰੀਏ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਅਸੀਂ ਦਿਲੋਂ ਅਰਵਿੰਦ ਕੇਜਰੀਵਾਲ ਨੂੰ ਪਿਆਰ ਕਰਦੇ ਹਾਂ, ਔਰ ਇੱਕ ਉਹ ਇਨਸਾਨ ਜਿਹੜਾ ਲੋਕਾਂ ਲਈ ਦਿਨ ਰਾਤ ਕੰਮ ਕਰਦਾ ਹੋਵੇ, ਉਹਦੇ ਲਈ ਇਸ ਤਰ੍ਹਾਂ ਦਾ ਮਾਪਦੰਡ, ਇੱਦਾਂ ਦੇ ਹੱਥ ਕੰਡੇ ਅਪਣਾ ਕੇ ਜੇਲ੍ਹ 'ਚ ਬੰਦ ਕਰਨਾ ਸਰਾਸਰ ਗਲਤ ਹੈ ਜੀ। ਸਵੇਰੇ 7 ਵਜੇ ਸ਼ੁਰੂ ਹੋਇਆ ਜੀ, ਹੁਣ 8:15 ਹੋ ਗਏ ਆ, ਅਤੇ ਸ਼ਾਮ ਨੂੰ ਦਿਨ ਸ਼ਿਫਟ ਤੱਕ ਚੱਲੂਗੀ ਜੀ ਸਾਡੀ ਭੁੱਖ ਹੜਤਾਲ। ਦੇਖੋ, ਜੋ ਆਪਾਂ ਕਹਿ ਸਕਦੇ ਹਾਂ ਵੀ ਅਰਵਿੰਦ ਕੇਜਰੀਵਾਲ ਜੀ ਇੱਕ ਇਨਸਾਨੀਅਤ ਦੀ ਲੜਾਈ ਲੜ ਰਹੇ ਨੇ। ਜੇ ਦਿੱਲੀ 'ਚ ਦੇਖਿਆ ਜਾਵੇ, ਗਰੀਬਾਂ ਦੀ ਲੜਾਈ ਹੈ, ਗਰੀਬਾਂ ਨੂੰ ਦੇ ਸਰਕਾਰ ਬਣੀ ਹੈ, ਗਰੀਬਾਂ ਦੇ ਹੱਕ ਦੀ ਸਰਕਾਰ ਆ, ਲੋਕਾਂ ਦੇ ਹੱਕ ਦੀ ਸਰਕਾਰ ਹੈ। ਸੈਂਟਰ ਗੌਰਮੈਂਟ ਬੜਾ ਧੱਕਾ ਕਰ ਰਹੀ ਹੈ,
ਉਹਨਾਂ ਨੂੰ ਜੇਲ੍ਹ ਦੇ ਪਿੱਛੇ ਰੱਖਿਆ ਗਿਆ। ਇਸ ਦੇ ਮੱਦੇਨਜ਼ਰ ਸਾਰੇ ਪੰਜਾਬ 'ਚ, ਸਾਰੇ ਹਿੰਦੁਸਤਾਨ 'ਚ ਜਿੱਥੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਬੈਠੇ ਨੇ, ਉਹ ਅਰਵਿੰਦ ਕੇਜਰੀਵਾਲ ਦੇ ਲਈ ਇੱਕ ਮੈਸੇਜ ਹੈ। ਭੁੱਖ ਹੜਤਾਲ ਦੇ ਜ਼ਰੀਏ ਸਾਰੇ ਪੰਜਾਬ 'ਚ ਸਾਰੇ ਸਾਡੇ ਵਲੰਟੀਅਰਾਂ 'ਚ ਰੋਸ ਹੈ, ਬੜਾ ਤਕੜਾ ਰੋਸ ਹੈ, ਔਰ ਇਹ ਇੱਕ ਪ੍ਰਦਰਸ਼ਨ ਕੀਤਾ ਜਾ। ਦੇਖੋ ਜੀ, ਆਮ ਆਦਮੀ ਪਾਰਟੀ ਵੱਲੋਂ ਸਾਰੇ ਪੰਜਾਬ ਦੇ ਵਿੱਚ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਸਾਰੇ ਵਲੰਟੀਅਰਾਂ ਵੱਲੋਂ, ਅਤੇ ਅਸੀਂ ਗੁਰਦੇਵ ਸਿੰਘ ਦੇ ਮਾਨ ਐੱਮ ਐੱਲ ਏ ਨਾਭਾ ਜੀ ਅਗਵਾਈ 'ਚ ਯੂਥ ਵੱਲੋਂ ਵੱਧ ਤੋਂ ਵੱਧ ਇਕੱਠੇ ਹੋ ਕੇ ਅੱਜ ਅਸੀਂ ਨਾਲ ਇਹਨਾਂ ਦੇ ਭੁੱਖ ਹੜਤਾਲ 'ਤੇ ਬੈਠੇ ਹਾਂ। ਜਦੋਂ ਤੱਕ ਪਾਰਟੀ ਹੋਊਗੀ ਸ਼ਾਮ ਤੱਕ ਦਾ, ਬਾਕੀ ਅੱਗੇ ਜਿਵੇਂ ਵੀ ਹੋਊਗਾ, ਅਸੀਂ ਸਾਰੇ ਵਲੰਟੀਅਰ ਦੇ ਵਿੱਚ ਰੋਸ ਹੈ ਜੀ, ਅਰਵਿੰਦ ਕੇਜਰੀਵਾਲ ਜੀ ਨਾਲ ਧੱਕਾ ਕਰ ਰਹੀ ਹੈ। ਥੈਂਕ ਯੂ ਵੈਰੀ ਮੱਚ।